ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਗਲੀ ਦੇ ਝਗੜੇ ਨੂੰ ਲੈ ਕੇ ਚਲਾਈਆਂ ਗੋਲੀਆਂ, ਭਰਾ ਭਰਜਾਈ ਦੀ ਮੌਤ। ਬੇਅਦਬੀ ਮਾਮਲੇ ਤੇ ਅਮਨ ਅਰੋੜਾ ਨੇ ਘੇਰਿਆ ਅਕਾਲੀ ਦਲ ਤੇ ਕਾਂਗਰਸ ਨੂੰ। ਡਾਕਟਰ ਨੇ ਪੁੱਤ ਨੂੰ ਪਿੱਠ ਨਾਲ ਬੰਨ੍ਹ ਕੇ ਮਾਰੀ ਨਹਿਰ ਵਿੱਚ ਛਾਲ। ਲੁਧਿਆਣਾ ਪਹੁੰਚੇ ਬ੍ਰਹਮ ਮਹਿੰਦਰਾ ਬੋਲੇ, ਟੈਕਸਾਂ ਨਾਲ ਭਰਿਆ ਜਾਵੇਗਾ ਖਾਲੀ ਖਜ਼ਾਨਾ। ਤੇ ਜਲੰਧਰ ਦੀ ਮਸ਼ਹੂਰ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਕੀਤੀ ਆਤਮ ਹੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜਵਾਹਰੇਵਾਲਾ ਵਿੱਚ ਦੋ ਧਿਰਾਂ ਵਿੱਚ ਤਕਰਾਰ ਹੋਣ ਮਗਰੋਂ ਗੋਲੀ ਚੱਲਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਪੀੜਤ ਧਿਰ ਨੇ ਦੱਸਿਆ ਕਿ ਦਲਿਤ ਬਸਤੀ ਵਿੱਚ ਸਥਿਤ ਉਹਨਾਂ ਦੇ ਘਰਾਂ ਕੋਲ ਨਰੇਗਾ ਦਾ ਕੰਮ ਚੱਲਦਾ ਸੀ ਤੇ ਪਿੰਡ ਦਾ ਸਾਬਕਾ ਸਰਪੰਚ ਇਸ ਨੂੰ ਰੋਕਣਾ ਚਾਹੁੰਦਾ ਸੀ। ਉਹਨਾਂ ਕਿਹਾ ਕਿ ਸਾਬਕਾ ਸਰਪੰਚ ਸਮੇਤ 10-11 ਜਣੇ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਭਰਾ ਭਰਜਾਈ ਦੀ ਮੌਤ ਹੋ ਗਈ। ਮੁਕਤਸਰ ਸਾਹਿਬ ਦੇ SP ਸੋਹਨ ਲਾਲ ਨੇ ਦੱਸਿਆ ਕਿ ਦੋ ਧਿਰਾਂ ਦਰਮਿਆਨ ਝਗੜਾ ਕਿਸ ਗੱਲੋਂ ਹੋਇਆ ਇਹ ਅਜੇ ਪਤਾ ਨਹੀਂ ਲੱਗ ਸਕਿਆ। ਜਾਂਚ ਚੱਲ ਰਹੀ ਹੈ। ਇੱਥੇ ਤਕਰੀਬਨ ਜੀ 10-11 ਬੰਦੇ ਆਏ, ਨਰੇਗਾ ਦਾ ਕੰਮ ਚੱਲਦਾ ਜੀ, ਅਤੇ ਇੱਥੇ ਇੱਕ ਸਾਬਕਾ ਸਰਪੰਚ ਹੈਗਾ ਜੀ ਪਲਵਿੰਦਰ ਸਿੰਘ ਪੱਪੂ, ਉਹ ਇਹ ਕੰਮ ਨੂੰ ਰੋਕਣਾ ਚਾਹੁੰਦਾ ਸੀਗਾ ਜੀ। ਇਹਨਾਂ ਨੇ ਤਕਰੀਬਨ ਆ ਕੇ 8-10 ਬੰਦੇ ਆਏ, ਇਹਨਾਂ ਨੇ ਫਾਇਰਿੰਗੀ ਸ਼ੁਰੂ ਕਰਤੀ। ਬੁੜੀਆਂ ਦੇ 3 ਜਣਿਆਂ ਦੇ ਗੋਲੀ ਲੱਗ ਚੁੱਕੀ ਹੈ ਜੀ। ਕਿੰਨੇ ਬੰਦੇ, ਕਿੰਨੇ ਕੁੜੀਆਂ? ਇੱਕ ਤਾਂ ਹੈਗੀ ਹੈ ਜੀ ਮਿੰਨੀ ਰਾਣੀ, ਉਹਦੇ ਲੇਡੀਜ਼ ਦੇ ਗੋਲੀ ਲੱਗੀ ਹੈ ਜੀ। ਇੱਕ ਹੈਗਾ ਜੀ ਕਿਰਨਦੀਪ ਸਿੰਘ, ਉਹਦੇ ਗੋਲੀ ਲੱਗੀ ਹੋਈ ਆ। ਇੱਕ ਗੁਰਜੀਤ ਸਿੰਘ ਆ ਜੀ, ਇਹ 3 ਜਣਿਆਂ ਦੇ ਗੋਲੀ ਲੱਗੀ ਹੋਈ ਹੈ ਜੀ। ਨਾ ਨਾ ਕੋਈ ਗੱਲ ਨਹੀਂ ਜੀ, ਇਹ ਬੰਦਿਆਂ ਨੇ ਪਹਿਲਾਂ ਵੀ 1-2 ਇਹਦੇ, ਜਿਹੜਾ ਦੁੱਗੀ ਸਿੰਘ ਆ ਜੀ ਇਹਦੇ ਪਹਿਲਾਂ ਵੀ ਪਿਓ ਨੇ ਕਤਲ ਕੀਤਾ ਆ, ਅਤੇ ਜਿਹੜਾ ਪੱਪੂ ਸਰਪੰਚ ਆ ਇਹਨੇ ਵੀ ਪਹਿਲਾਂ ਇੱਕ ਜਿਉਂਦੇ ਬੰਦੇ ਨੂੰ ਹੀ ਸਾੜਿਆ ਜੀ, ਇਹਨਾਂ ਦਾ ਕੰਮ ਹੀ ਮਰਡਰ ਦਾ ਜੀ। ਜਿਹੜਾ ਗੁਲਜ਼ਾਰ ਸਿੰਘ ਆ, ਇਹਨਾਂ ਦਾ ਤਕਰੀਬਨ 3-4 ਬੰਦੇ ਆ ਜੀ ਜਿਹੜੇ ਇਹੀ ਕੰਮ ਕਰਦੇ ਆ ਜੀ। ਮਾਮਲਾ ਹੈਗਾ ਜੀ, ਇਹਦੇ ਝਗੜਾ ਹੈ ਜੀ, ਕੋਈ ਸਰਪੰਚੀ ਦੀ ਤੌਰ 'ਤੇ ਕੋਈ ਝਗੜਾ ਇਹਨਾਂ ਦਾ ਆਪਸ 'ਚ ਹੋ ਗਿਆ ਵਾ, ਅਤੇ ਬਾਕੀ ਇਹ ਜਿਹੜੇ ਕੋਈ ਬਾਹਰੋਂ ਆਏ ਆ ਬੰਦੇ ਨੇ ਜਾਣ ਪਛਾਣ ਦੇ ਹੈਗੇ ਆ, ਕੋਈ ਆਪਸ 'ਚ ਹੁੰਦੀ ਇਹਨਾਂ ਦਾ ਝਗੜਾ ਹੋਇਆ ਕੋਈ ਇਹਨਾਂ ਦਾ, ਅਤੇ ਕੋਈ ਨਾ ਤਫਤੀਸ਼ ਕਰ ਰਹੇ, ਤਫਤੀਸ਼ ਕਰਕੇ ਫਿਰ ਪਰਚਾ ਆਪਾਂ ਰਜਿਸਟਰ ਕਰਾਂਗੇ, ਬਿਆਨ ਵਗੈਰਾ ਲਿਖ ਰਹੇ ਹਾਂ, ਅਤੇ ਜਿੰਨੀ ਦੇਰ ਆਪਾਂ ਪੂਰੀ ਤਫਤੀਸ਼ ਨਹੀਂ ਕਰ ਲਏ ਉਸ ਬਾਰੇ ਆਪਾਂ ਕੁਛ ਕਹਿ ਸਕਦੇ। ਸਰ ਕਿੰਨੇ ਜਣੇ ਦੀ ਡੈਥ ਹੋ ਚੁੱਕੀ ਹੈ ਜੀ? ਇਹ ਹਜੇ ਤਾਂ ਫਿਲਹਾਲ 2 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ, ਇਹ ਦੱਸ ਰਹੇ ਆ, ਅਤੇ ਇੱਕ ਹਜੇ ਥੋੜ੍ਹਾ ਡੇਂਜਰਸ ਹੈ ਲੇਡੀ ਹੈ ਨਾਲ। ਸਰ ਕਿੰਨੇ ਜਣੇ ਫੱਟੜ ਹੋਏ ਇਸ 'ਚ? ਇਹਦੇ ਵਿੱਚ 2 ਜਣੇ ਡੈਥ ਹੋ ਗਈ ਜੀ, ਇੱਕ ਜਣੀ ਲੜਕੀ ਹੈ ਜਿਹੜੀ ਲੇਡੀਜ਼ ਹੈ, ਉਹ ਲੇਡੀਜ਼ ਅਜੇ ਥੋੜ੍ਹੀ ਹੈਗੀ ਆ ਸੀਰੀਅਸ ਹੈ ਜੀ, ਅਤੇ ਉਹਦੇ ਬਾਰੇ ਨਹੀਂ ਆਪਾਂ ਕਹਿ ਸਕਦੇ। ਕੋਈ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਸੀ? ਨਹੀਂ ਹਜੇ ਕੁਛ ਨਹੀਂ, ਅਜੇ ਤਫਤੀਸ਼ ਕਰ ਰਹੇ ਜੀ, ਆਪਾਂ ਆਪਣੀਆਂ ਪਾਰਟੀਆਂ ਇਮੀਡੀਏਟਲੀ ਭੇਜਤੀਆਂ ਵਾ, ਜਿਉਂ ਜਿਉਂ ਸਾਨੂੰ ਪਤਾ ਲੱਗੀ ਜਾਂਦਾ ਉਹਦੇ ਮੁਤਾਬਕ ਆਪਾਂ ਬੰਦੇ ਭੇਜ ਕੇ ਪਾਰਟੀਆਂ ਬਣਾ ਕੇ ਤੋਰਤੀਆਂ ਵਾ, ਰੇਡ ਕਰ ਰਹੇ ਹਾਂ, ਤਾਂ ਅਸੀਂ ਜਲਦੀ ਇਹਨਾਂ ਨੂੰ ਕਾਰਨ ਪਤਾ ਲੱਗਿਆ ਕਿਸ ਗੱਲ ਤੋਂ ਝਗੜਾ? ਹਾਂਜੀ ਕਾਰਨ ਦਾ ਨਹੀਂ ਪਤਾ ਲੱਗਿਆ ਜੀ, ਕਾਰਨ ਕੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ। ਅਮਨ ਅਰੋੜਾ ਦਾ ਕਹਿਣਾ ਹੈ ਕਿ 26 ਅਕਤੂਬਰ 2015 ਨੂੰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਪਰ ਅੱਜ 4 ਸਾਲਾਂ ਬਾਅਦ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਨੇ ਬੇਅਦਬੀ ਦੇ 3 ਕੇਸ CBI ਨੂੰ ਸੌਂਪ ਦਿੱਤੇ ਸਨ, ਤੇ ਫਿਰ ਕੈਪਟਨ ਦੀ ਸਰਕਾਰ ਆ ਗਈ, ਪਰ ਇਸ ਮਾਮਲੇ ਵਿੱਚ ਨਾ ਤਾਂ ਅਕਾਲੀ ਤੇ ਨਾ ਹੀ ਕੈਪਟਨ ਸਰਕਾਰ ਕੁਝ ਕਰ ਸਕੀ। ਅਮਨ ਅਰੋੜਾ ਨੇ ਕਿਹਾ ਕਿ ਛੇਤੀ ਹੀ ਬੇਅਦਬੀ ਮਾਮਲਿਆਂ ਸੰਬੰਧੀ ਸੱਚ ਸਾਹਮਣੇ ਆਉਣਾ ਚਾਹੀਦਾ ਏ, ਤਾਂ ਜੋ ਇਹਨਾਂ ਮਾਮਲਿਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਹੋਰ ਮੁੱਖ ਮਸਲਿਆਂ ਵੱਲ ਧਿਆਨ ਦਿੱਤਾ ਜਾ ਸਕੇ। ਦੇਖੋ ਮੈਂ ਵੀ ਉਹੀ ਗੱਲ ਕਰ ਰਿਹਾ ਕਿ ਜਦੋਂ ਇਹ ਪਹਿਲਾਂ ਬੇਅਦਬੀ ਦਾ ਮਸਲਾ ਹੋਇਆ ਸੀਗਾ ਉਦੋਂ ਇਲੈਕਸ਼ਨ 1.5 ਸਾਲ ਦੂਰ ਸੀਗੀ, ਅੱਜ ਹਰਿਆਣਾ ਦੀ ਇਲੈਕਸ਼ਨ ਸਿਰ 'ਤੇ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਾਜਨੀਤੀ ਦਾ ਧਰਮ ਹੋਣਾ ਚਾਹੀਦਾ ਭਾਈ ਸਾਹਿਬ, ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਬਦਕਿਸਮਤੀ ਨਾਲ ਉਹ ਹੋ ਰਿਹਾ ਇੱਥੇ, ਅਤੇ ਉਸ ਰਾਜਨੀਤੀ ਦੇ ਵਿੱਚ ਭੁਗਤ ਕੌਣ ਰਿਹਾ, ਭੁਗਤਾਨ ਕੌਣ ਕਰ ਰਿਹਾ, ਸਫ਼ਰ ਕੌਣ ਕਰ ਰਿਹਾ? ਤੁਹਾਡੇ ਮੇਰੇ ਵਰਗੇ ਲੋਕ, ਆਮ ਲੋਕ ਨੇ ਜਿਹੜੇ ਕਿ ਜਿਨ੍ਹਾਂ ਦੇ ਇਮੋਸ਼ਨ ਨੂੰ ਭੜਕਾ ਕੇ ਸਿਰ ਪੜਾ ਦਿੱਤੇ ਜਾਂਦੇ ਨੇ। ਸੋ ਕਿਤੇ ਨਾ ਕਿਤੇ ਡੈਫੀਨੇਟਲੀ ਯੈਸ, ਇਹਦੇ 'ਚ ਪੋਲਿਟਿਕਸ ਹੈ ਜਿਹੜੀ ਉਹ ਉਸਨੇ ਮੇਜਰ ਰੋਲ ਅਦਾ ਕੀਤੇ 4 ਸਾਲਾਂ ਤੋਂ ਲੈ ਕੇ ਅੱਜ ਤੱਕ। ਫਾਜ਼ਿਲਕਾ ਦੇ ਪਿੰਡ ਸਜਰਾਣਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਓ ਨੇ ਆਪਣੇ 3 ਸਾਲਾਂ ਮਾਸੂਮ ਬੱਚੇ ਨੂੰ ਸਰੀਰ ਨਾਲ ਬਣ ਕੇ ਨਹਿਰ ਵਿੱਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਛਿੰਦਰਪਾਲ ਸਿੰਘ ਵਾਸੀ ਸਜਰਾਣਾ, ਜੋ ਕਿ ਪਸ਼ੂਆਂ ਦਾ RMP ਡਾਕਟਰ ਸੀ, ਜਿਸ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਇਸ ਨੂੰ ਲੈ ਕੇ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ, ਅਤੇ ਆਪਣੇ 3 ਸਾਲਾਂ ਬੱਚੇ ਅਨਮੋਲ ਨੂੰ ਨਾਲ ਲੈ ਕੇ ਉਸਨੇ ਨਹਿਰ ਵਿੱਚ ਛਲਾਂਗ ਮਾਰ ਕੇ ਖੁਦਕੁਸ਼ੀ ਕਰ ਲਈ, ਅਤੇ ਅੱਜ ਦੋਵੇਂ ਪਿਓ ਪੁੱਤਰ ਦੀਆਂ ਲਾਸ਼ਾਂ ਨੂੰ ਗੰਗ ਕਨਾਲ ਨਹਿਰ ਵਿੱਚੋਂ ਬਰਾਮਦ ਕਰ ਲਿਆ ਗਿਆ। ਪੁਲਿਸ ਦੇ ਜਾਂਚ ਅਧਿਕਾਰੀ
अधिकारी जलंधर सिंह ने दस्या कि मृतक छिंदरपाल सिंह दे पिता दे बयाना ते मृतक दी पत्नी राजपाल कौर सने सौरे परिवार दे पांच व्यक्तियों खिलाफ मामला दर्ज कर लिया गया है। उन्होंने दस्या कि मृतक दे पिता वल्लों एक खुदकुशी पत्र भी पुलिस नूं दिता गया है, जिस विच मृतक छिंदरपाल सिंह ने अपनी ते अपने पुत्र दी मौत पिछे अपनी पत्नी ते सौरे परिवार नूं जिम्मेवार दस्या है, जिस दी पुलिस जांच कर रही है। इन्हें छिंदरपाल सिंह सीगा जी राजस्थान के विआह सीगा ते इहदे घर दी दे नाल लड़ाई झगड़ा रहिंदा सीगा। दो चार वारी पंचायतां भी होईयां, पंचायती तौर पर वापस भी आए, लैके आए। उस तो बाद उन्हों छिंदरपाल उन्होंने फिर तंग परेशान कर दिता। उन्हें कहा भी मेरे घर दी दा चाल चलना ठीक नहीं, उहदे माँ प्यो नूं समझाउण लई कहा सी, पर उह आहदा भी मैनूं माड़ा कहिंदे आ। ते छिंदरपाल सिंह ने दे विआह नूं करीब पाँच साल हो गए सी, उहदे इक लड़का अनमोल सिंह सी ते इक लड़की दो महीनां दी। तो हुण दो महीनों तो वो घर की राजपाल कौर रुस के उत्थे पेके चली गई सी। वह आपके माँ प्यो राही ते नानके जिहड़े मामा ते नानी राही धमकियां दवा रही सी। तो उस तो बाद उन्होंने इन्हां नूं कहा सी, तो उन्हें ना उन्होंने तो दुखी हो के आपके लड़के अनमोल नूं लैके नाल ते नहर विच छाल मार दित्ती, ते जिहदी डेड बॉडी अज बकैन वाले कोलों मिल गई है। तो वो डेड बॉडी इत्थे हॉस्पिटल सी, उत्थे कारवाई उहदे फादर दे बयान ते मुकदमा नंबर 3 मुकदमा दर्ज किया गया, तो कारवाई अमल में लिया जा रही है। तो वो फादर ने एक छिंदरपाल सिंह वालों लिखा सुसाइड नोट साढ़े पेश किया, जिदे भी वो सहुरे परिवार से पत्नी राजपाल कौर से वो नानके सहुरे परिवार से इल्जाम लगे भी मेरी मौत के जिम्मे रहे हैं। ये गंगनगर मारी थी इन्होंने परसों 11 तरीक न करीब आते 2:30-3 बजे मारी। लुधियाना इंप्रूवमेंट ट्रस्ट के नवे बने चेयरमैन रमन सुब्रमणियम ने अपना कार्यभार संभाल लिया, ते इस मौके कैबिनेट मंत्री ब्रह्म महिंद्रा भी पुजे हुए सन। उन्होंने मीडिया नाल गलबात करदिया कहा कि कांग्रेस वालों सूबे का विकास किया जा रहा है ते टैक्सा नाल ही खाली खजाने नूं भरिया जाएगा। इस मौके पाकिस्तान के प्रधानमंत्री इमरान खान नूं SGPC वालों दिते गए सद्दे ते उन्होंने कुछ भी कहण तों इनकार कर दिता। उन्होंने सीवरेज सिस्टम नूं ठीक करन दा भरोसा भी दवाया। ब्रह्म महिंद्रा ने कहा कि शहर नूं दुरुस्त करन लई उन्होंने वालों अफसरां ते अधिकारियों नूं हदायतां दे दित्तियां गईआं ने। तैयारी हो रही है जी, मैंने टेक ओवर किया अभी 11 पिछले 11 महीने जी आई सी 5 मार्च आई सी, उस वन टाइम पॉलिसी कुछ कमियां सीगिया, उस कमियां नूं महसूस करते हुए मैं उधर ते दोबारा सारे स्टेक होल्डर्स दे व्यू लै रहा और कमेंट्स मंगे ने असी अखबारों के राही ऐड करके डिपार्टमेंट ने एडवर्टाइजमेंट दिता है कि पब्लिक का भी व्यू सब का आवे कि साड़ी ये पॉलिसी वन टाइम है, ये पढ़ लैन, पढ़ के डाउनलोड करके पढ़ के सानू सुझाव देवे पंजाब के लोग सारे जिहड़े कंसर्न है कोई भी सानू उहदे च ऑल स्टेक होल्डर्स आर वेलकम टू गिव देयर ओपीनियन और उहदों असीं रैशनलाइज करदे हुए दोबारा पॉलिसी जल्दी बना रहे हैं। श्रोमणी अकाली दल ने मोहाली जिले के वड्डे पिंड बलौगी की महिला सरपंच सरोजा देवी उपर स्थानक MLA और कैबिनेट मंत्री बलबीर सिंह सिद्धू के हुक्मों उपर झूठा केस दर्ज करने की सख्त शब्दों में निखेधी की, मांग की कि इस केस को तुरंत रद्द करके महिला सरपंच को साजिश तहत बदलाखोरी अधीन झूठा केस दर्ज करने वाले सारे अधिकारियों खिलाफ सख्त कार्रवाई की जाए। डॉक्टर चीमा ने कहा कि उपरोक्त तथ्यों तो स्पष्ट है कि कांग्रेस सरकार ते इस दे मंत्री बौखलाहट विच आके विरोधी पार्टियां दे सरपंचां नूं नाजायज तंग ते परेशान कर रहे ने। इत्थों तक कि औरत सरपंचां नूं भी नहीं बख्शा जा रहा। उन्होंने कहा कि जे एक हफ्ते दे अंदर अंदर सरोजा देवी खिलाफ झूठा केस रद्द करके दोषी अधिकारियों खिलाफ कार्रवाई ना की गई तां पार्टी वल्लों अगला प्रोग्राम ऐलानिया जाएगा। श्री मुक्तसर साहिब दे जिला सुधार घर विच अज सवेरे एक कैदी वालों खुदकुशी करन दा समाचार प्राप्त होया है। जानकारी अनुसार जबर जनाह दे केस विच जेल विच हवालाती वजो बंद मास्टर तरलोचन सिंह नाम दे कैदी ने खुदकुशी कर ली। जानकारी देंदिया जेल सुपरिंटेंडेंट शिवराज सिंह नंदगढ़ ने दस्या कि पेशे वजो अध्यापक रहे तरलोचन सिंह जेल विच भी कैदियों नूं पढ़ाउंदा सी। अज ओह क्लास रूम विच 10 मिनट पहलां आया ते उसने परना जंगले नाल पा के फाहा लै लिया। उसकी जेब विचों एक खुदकुशी नोट भी मिलिया जिस विच उसने लिखा है कि उसनूं जेल प्रबंधां ते पुलिस तों कोई परेशानी नहीं पर ओह जबर जनाह दे लगे दोषां तों बेहद परेशान है। जी साडे कोल इक तरलोचन सिंह सानो हरमिंदर सिंह वासी मुक्तसर, ये साढ़े को अंदर से 376 के केस के एक्चुअली ये बाहर टीचर से ट्यूशन वगैरह पढ़ाते सके बच्चों तो उत्थे इन्हों पर कोई 376 का इल्जाम लग गया से, 376 के अंडर सैक्शन के पिछे साढ़े को बतौर हवा लत्ती अंदर से आपदे इस केस के संबंध के परेशान
ਸੀਗੇ। ਵੈਸੇ ਸਾਡੇ ਕੋਲ ਇਹਨਾਂ ਨੇ ਇੱਦਾਂ ਦਾ ਕੋਈ ਬਹੁਤਾ ਕਦੇ ਜ਼ਿਕਰ ਨਹੀਂ ਸੀ ਕੀਤਾ ਪਰੇਸ਼ਾਨੀ ਦਾ, ਪਰ ਅੱਜ ਇਹਨੂੰ ਅਸੀਂ ਇਹਨਾਂ ਦੀ ਡਿਊਟੀ ਸਗੋਂ ਬਲਕਿ ਅਸੀਂ ਲਾਈ ਹੋਈ ਸੀਗੀ, ਜਿਹੜੇ ਅੰਦਰ ਜਿਹੜੇ ਅਨਪੜ੍ਹ ਬੰਦੀ ਹੈ ਉਹਨਾਂ ਨੂੰ ਪੜ੍ਹਾਉਣ ਵਾਸਤੇ, ਉਹਨਾਂ ਨੂੰ ਸਾਖਰ ਕਰਨ ਵਾਸਤੇ ਇਹਨਾਂ ਦੀ ਡਿਊਟੀ ਲਾਈ ਸੀ। ਇਹ ਬੰਦੀਆਂ ਨੂੰ ਪੜ੍ਹਾਉਂਦੇ ਸੀ ਹਰ ਰੋਜ਼, ਅੰਦਰ ਅਸੀਂ ਇੱਕ ਕਲਾਸਰੂਮ ਬਣਾਇਆ ਹੋਇਆ ਸੀ, ਉਹਦੇ ਵਿੱਚ ਇਹ ਕਲਾਸਰੂਮ ਦੇ ਵਿੱਚ ਆਪਦੇ ਬੰਦੀਆਂ ਨੂੰ ਪੜ੍ਹਾਉਂਦੇ ਸੀ। ਤਾਂ ਅੱਜ ਲਗਭਗ ਜਦੋਂ 9:30 ਵਜੇ ਇਹਨਾਂ ਨੇ ਆ ਕੇ ਜਿਹੜਾ ਕਲਾਸਰੂਮ ਹੈ ਜਿਹੜਾ ਉਹ 5-7 ਮਿੰਟ ਪਹਿਲਾਂ ਖੋਲ੍ਹਿਆ, ਅਤੇ ਉਹਦੇ ਵਿੱਚ ਫਿਰ ਹਲੇ ਜਿਹੜੇ ਬੰਦੀਆਂ ਨੇ ਪੜ੍ਹਨ ਵਾਲੇ ਸੀ ਉਹਨਾਂ ਨੇ ਆਉਣਾ ਸੀਗਾ, ਉਹਨਾਂ ਦੇ ਆਉਣ ਤੋਂ ਪਹਿਲਾਂ ਇਹਨੇ ਫਿਰ ਆਪਣੇ ਆਪ ਨੂੰ ਮਤਲਬ ਉੱਥੇ ਫਾਹ ਲੈ ਲਿਆ ਉਸੇ ਕਲਾਸਰੂਮ ਦੇ ਵਿੱਚ ਹੀ। ਪਾਣੀ ਇਹਨਾਂ ਦੇ ਜਿਹੜਾ ਸਮਾਨ ਆ ਉਹਦੇ ਵਿੱਚੋਂ ਇੱਕ ਨੋਟ ਮਿਲਿਆ, ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਮਤਲਬ ਔਰਤਾਂ ਨੇ ਅਤੇ ਜਿਹੜੇ ਪਰਿਵਾਰ ਨੇ ਇਹਨਾਂ 'ਤੇ 376 ਦਾ ਪਰਚਾ ਦਰਜ ਕਰਾਇਆ, ਉਹਦੇ 'ਤੇ ਇਹਨਾਂ ਨੇ ਸਾਰਾ ਮਤਲਬ ਉਸ ਇਸ ਚੀਜ਼ ਦਾ ਮਤਲਬ ਗੁੱਸਾ ਜ਼ਾਹਰ ਕੀਤਾ ਵੀ ਉਹਨਾਂ ਨੇ ਮੇਰੇ 'ਤੇ ਗਲਤ ਪਰਚਾ ਕਰਵਾਇਆ, ਮੈਂ ਇੱਦਾਂ ਦਾ ਕੁਛ ਕੀਤਾ ਨਹੀਂ ਸੀਗਾ। ਅਤੇ ਨਹੀਂ, ਜੇਲ੍ਹ ਪ੍ਰਬੰਧਾਂ ਬਾਰੇ ਉਹਨਾਂ ਨੇ ਬਲਕਿ ਆਪਦੇ ਨੋਟ 'ਚ ਹੀ ਇਹ ਗੱਲ ਲਿਖੀ ਹੈ ਵੀ ਜੇਲ੍ਹ ਪ੍ਰਸ਼ਾਸਨ ਤੋਂ, ਔਰ ਬਲਕਿ ਨਾਲ ਪੁਲਿਸ ਦਾ ਵੀ ਜ਼ਿਕਰ ਕੀਤਾ ਵੀ ਪੁਲਿਸ ਤੋਂ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਮੈਨੂੰ 1% ਵੀ ਕੋਈ ਇੱਦਾਂ ਦੀ ਕੋਈ ਤਕਲੀਫ ਨਹੀਂ ਸੀਗੀ। ਸਾਰਾ ਜਿਹੜਾ ਦੋਸ਼ ਹੈ ਇਹਨਾਂ ਨੇ ਜਿਹਨਾਂ ਬੰਦਿਆਂ ਨੇ ਇਹਨਾਂ 'ਤੇ ਪਰਚਾ ਕਰਾਇਆ ਸੀ ਉਹਨਾਂ ਦਾ ਸਾਰਾ ਦੋਸ਼ ਮਤਲਬ ਆਪਣੇ ਨੋਟ ਦੇ ਵਿੱਚ ਨੋਟ ਕੀਤਾ ਹੈ। ਬਰਗਾੜੀ ਕਾਂਡ ਦੇ ਮੁੱਖ ਦੋਸ਼ੀ ਤੇ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ 5 ਸਾਥੀਆਂ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ, ਜਿਨ੍ਹਾਂ ਦੇ ਨਾਮ ਜਤਿੰਦਰ ਸਿੰਘ, ਰਾਜਬੀਰ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਤੇ ਬਲਜੀਤ ਸਿੰਘ ਨੇ। ਇਹ ਪੰਜੋ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬਰਗਾੜੀ ਕਾਂਡ ਦੇ ਦੋਸ਼ੀਆਂ ਵਜੋਂ ਬੰਦ ਸਨ। ਸੂਤਰਾਂ ਮੁਤਾਬਕ ਇਹਨਾਂ ਪੰਜਾਂ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਨਾਲ ਬੀਤੀ ਰਾਤ ਰਿਹਾਅ ਕਰ ਦਿੱਤਾ ਗਿਆ। ਜਲੰਧਰ ਦੀ ਮਸ਼ਹੂਰ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਵੱਲੋਂ ਹੋਸਟਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਏ। ਮ੍ਰਿਤਕ ਦੀ ਪਛਾਣ ਸੋਨੂ ਤੌਰ ਤੇ ਹੋਈ ਹੈ। ਸੋਨੂ ਬੀਟੈਕ ਫਾਈਨਲ ਈਅਰ ਦਾ ਵਿਦਿਆਰਥੀ ਸੀ। ਮੌਕੇ ਤੇ ਪਹੁੰਚੀ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨੂ ਨਾਮ ਦਾ ਲੜਕਾ ਹੈਗਾ, ਜਿਹੜਾ ਬੀਟੈਕ ਫੋਰਥ ਈਅਰ 7th semester ਦਾ ਸਟੂਡੈਂਟ ਸੀ। ਉਹ 10 ਨੰਬਰ ਹੋਸਟਲ ਦੀ 7th floor 'ਤੇ 7-13 ਨੰਬਰ ਰੂਮ 'ਚ ਰਹਿੰਦਾ ਸੀ। ਉਹਨੇ ਰਾਤੀ ਉੱਥੇ ਜੰਪ ਕਰਕੇ ਅਤੇ ਸੁਸਾਈਡ ਕਰ ਲਈ। ਇੱਕ ਉਹਨੇ ਆਪਣੇ ਦੋਸਤ ਨੂੰ ਵਟਸਐਪ ਮੈਸੇਜ ਵੀ ਰਿਟਨ 'ਚ ਕੀਤਾ ਸੀਗਾ ਪੇਪਰ 'ਤੇ ਕਿ ਮੈਂ ਆਪਣੇ ਰੂਮ 'ਚ ਕੱਲਾ ਰਹਿੰਦਾ ਅਤੇ ਇਸ ਕਰਕੇ ਮੈਂ ਸੁਸਾਈਡ ਕਰਨਾ ਚਾਹੁੰਦਾ। ਅਤੇ ਸਵੇਰੇ ਦੇ ਰਾਤੀ ਅਤੇ ਯੂਨੀਵਰਸਿਟੀ ਨੇ ਉੱਥੋਂ ਡੈਡ ਬੋਡੀ ਲਿਆ ਕੇ ਉੱਥੇ ਸਿਵਲ ਹਸਪਤਾਲ ਦੇ ਡੈਡ ਬੋਡੀ ਪਈ ਹੈ, ਜਿਹਨੂੰ ਚੈੱਕ ਕੀਤਾ ਉਹਦੇ ਮਰੀਜ਼ ਨਹੀਂ ਹੈਗੀਆਂ। ਉਹਦੀ ਫੈਮਿਲੀ ਆ ਰਹੀ ਹੈ, ਉਹਦੇ ਨੋਟਸ ਹੋ ਗਏ ਅੰਦਰ, ਜੋ ਵੀ ਸਟੇਟਮੈਂਟ ਦੇਣਗੇ ਉਹਦੇ ਅਨੁਸਾਰ ਅਸੀਂ ਉਹਦੀ ਮੁਲਾਕਾਤ ਕਰ ਰਹੇ ਹਾਂ। ਸੁਸਾਈਡ ਦੇ ਵਿੱਚ ਉਹਨੇ ਕੀ ਮੌਤ ਦਾ ਕੋਈ ਕਾਰਨ ਲਿਖਿਆ ਮੇਨ? ਉਹਨੇ ਆਪਣੀ ਪਰੇਸ਼ਾਨੀ ਦੱਸਿਆ, ਮੈਂ ਇਕੱਲਾ ਰਹਿੰਦਾ ਉੱਥੇ ਅਤੇ ਮੇਰਾ ਮਨ ਨਹੀਂ ਲੱਗਦਾ, ਫਿਰ ਉਹਨਾਂ ਨੂੰ ਗੱਲ ਪਤਾ ਲੱਗੀ ਹੈ। ਉਸਦੀ ਫੈਮਿਲੀ ਆਉਂਦੀ, ਉਹਦਾ ਰੂਮ ਦੀ ਵੀ ਸੱਤ ਨਹੀਂ ਕੀਤੀ, ਉਹਦੀ ਫੈਮਿਲੀ ਦੀ ਪ੍ਰੈਗਨੈਂਸ ਉਹਦੀ ਸੱਤ ਕਰਕੇ ਪ੍ਰੈਗਨੈਂਟ ਕਰ ਦਿੱਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਤੇ ਬਿਜਲੀ ਦਰਾਂ ਤੇ ਨਸ਼ੇ ਦੇ ਕਹਿਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੁਆਰਾ ਪੰਜਾਬ ਵਿੱਚ ਆ ਕੇ 90% ਪੰਜਾਬੀਆਂ ਨੂੰ ਨਸ਼ੇੜੀ ਕਰਾਰ ਦਿੱਤਾ ਗਿਆ ਸੀ। ਇਹ ਗੱਲ ਹੁਣ ਕੈਪਟਨ ਸਰਕਾਰ ਆਪਣੇ 2.5 ਸਾਲਾਂ ਤੋਂ ਪੂਰੀ ਕਰਨ 'ਤੇ ਲੱਗੀ ਹੋਈ ਹੈ, ਕਿਉਂਕਿ ਪੰਜਾਬ ਸਰਕਾਰ ਨਸ਼ੇ 'ਤੇ ਕਾਬੂ ਪਾਉਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਦੁਕਾਨਾਂ ਅਤੇ ਘਰਾਂ ਵਿੱਚ ਨਸ਼ਾ ਵਿਕ ਰਿਹਾ ਏ, ਇੰਨਾ ਹੀ ਨਹੀਂ ਹੁਣ ਤਾਂ ਲੜਕੀਆਂ ਵੀ ਨਸ਼ੇ ਦਾ ਸੇਵਨ ਕਰਨ ਲੱਗੀਆਂ ਨੇ। ਇਸ ਤੋਂ ਜ਼ਿਆਦਾ ਸ਼ਰਮ ਦੀ ਗੱਲ ਕੈਪਟਨ ਸਰਕਾਰ ਲਈ ਹੋਰ ਕੀ ਹੋ ਸਕਦੀ ਹੈ? ਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਵਿੱਚ ਝਾੜੂ ਲਗਾਇਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਆਗੂ ਤੇ ਸੰਸਦ ਮੈਂਬਰ ਹੱਥਾਂ ਵਿੱਚ ਝਾੜੂ ਲੈ ਕੇ ਸੰਸਦ ਭਵਨ ਵਿੱਚ ਪਹੁੰਚੇ। ਦਰਅਸਲ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਐਲਾਨ ਮੁਤਾਬਕ ਅੱਜ ਸੰਸਦ ਭਵਨ ਵਿੱਚ ਖਾਸ ਤੌਰ 'ਤੇ ਸਵੱਛ ਭਾਰਤ ਅਭਿਆਨ ਚਲਾਇਆ ਗਿਆ। ਇਹ ਐਲਾਨ ਖਾਸ ਤੌਰ 'ਤੇ ਮਹਾਤਮਾ ਗਾਂਧੀ ਦੀ 150ਵੀਂ ਵਰੇਗੰਢ ਮੌਕੇ ਕੀਤਾ ਗਿਆ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ, ਹੇਮਾ ਮਾਲਿਨੀ ਤੇ ਰਾਜਨਾਥ ਸਮੇਤ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਬਹੁਤ ਹੀ ਸਰਾਹਨੀਯ ਹੈ ਹਮਾਰੇ ਸਪੀਕਰ ਸਾਹਿਬ ਕੀ ਉਨਕੇ ਉਨ੍ਹੋਂਨੇ ਇਹ ਇਨੀਸ਼ੀਏਟਿਵ ਲਿਆ। ਮਹਾਤਮਾ ਗਾਂਧੀ ਜੀ ਕੇ 150th ਬਰਥ ਐਨੀਵਰਸਰੀ ਕੇ ਸਮੇਂ ਮੇਂ ਪੂਰਾ ਦੇਸ਼ ਮੇਂ ਇਹ ਸੰਦੇਸ਼ ਜਾਣੇ ਕੇ ਲੀਏ ਇਹ ਕੀਆ ਹੈ, ਜਹਾਂ ਪਰ ਹਮ ਸਭ ਸਾਂਸਦ ਲੋਕ ਮਿਲਕਰ ਯਹਾਂ ਪਰ ਸਫਾਈ ਅਭਿਆਨ ਕਰ ਰਹੇ ਹੈ, ਇਸਸੇ ਪੂਰਾ ਦੇਸ਼ ਮੇਂ ਇੱਕ ਅੱਛਾ ਸਾ ਸੰਦੇਸ਼ ਜਾਏਗਾ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਛ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ, ਤਦ ਤੱਕ ਲਈ ਆਗਿਆ ਦਿਓ, ਸਤਿ ਸ਼੍ਰੀ ਅਕਾਲ।